ਸਤਿ ਸ਼੍ਰੀ ਅਕਾਲ ਨਮਸਕਾਰ ਆਦਾਬ ਤੁਸੀਂ ਵੇਖ ਰਹੇ ਹੋ ਦੇਸੀ ਚੈਨਲ ਸੋ ਇੱਕ ਬਰਫ਼ਾ ਤੁਹਾਡੇ ਲਈ ਲੈ ਕੇ ਹਾਜ਼ਰ ਹਾਂ ਪਾਲੀਵੁੱਡ ਐਂਟਰਟੇਨਮੈਂਟ ਦੇ ਨਾਲ ਜੁੜੀ ਹੋਈ ਲੇਟੈਸਟ ਅਪਡੇਟ ਸੋ ਇਹ ਅਪਡੇਟ ਰਿਲੇਟਡ ਹੈ ਵਨ ਐਂਡ ਓਨਲੀ ਜੈ ਰੰਦਾਵਾ ਦੇ ਨਾਲ ਜੈ ਰੰਦਾਵਾ ਜੋ ਪਾਲੀਵੁੱਡ ਇੰਡਸਟਰੀ ਦੇ ਵਿੱਚ ਟੌਪ ਦੇ ਐਕਟਰਸ ਦੇ ਵਿੱਚੋਂ ਇੱਕ ਨੇ ਐਂਕਰ ਤੋਂ ਐਕਟਰ ਬਣਨ ਦਾ ਸਫਰ ਇਹਨਾਂ ਦਾ ਬਹੁਤ ਹੀ ਜ਼ਿਆਦਾ ਇੰਟਰਸਟਿੰਗ ਰਿਹਾ ਹੈ ਤੇ ਇਹਨਾਂ ਨੇ ਲੋਕਾਂ ਦੇ ਦਿਲਾਂ ਦੇ ਵਿੱਚ ਘਰ ਵੀ ਕੀਤਾ ਆਪਣੀ ਐਕਟਿੰਗ ਨੂੰ ਲੈ ਕੇ ਬਹੁਤ ਹੀ ਜ਼ਿਆਦਾ ਸੁਰਖੀਆਂ ਦੇ ਵਿੱਚ ਰਹਿੰਦੇ ਨੇ ਬਹੁਤ ਹੀ ਜ਼ਿਆਦਾ ਲੋਕਾਂ ਦੇ ਦਿਲਾਂ ਤੇ ਰਾਜ ਕਰਦੇ ਨੇ ਸੋ ਰੀਸੈਂਟਲੀ ਨਾ ਤੇ ਨੰਦਕਰਨਜੀ ਇਹਨਾਂ ਦੀ ਆਉਣ ਵਾਲੀ ਫਿਲਮ ਮੈਡਲ ਮੈਡਲ ਫਿਲਮ ਦੀ ਗੱਲ ਕਰਦੇ ਹਾਂ ਤੇ ਇਸ ਫਿਲਮ ਦਾ ਪੋਸਟਰ ਹਾਲ ਹੀ ਦੇ ਵਿੱਚ ਸਾਹਮਣੇ ਆ ਚੁੱਕਾ ਹੈ ਫਿਲਮ ਕਾਫੀ ਜ਼ਿਆਦਾ ਖਾਸ ਹੈ ਕਿਉਂਕਿ ਫਿਲਮ ਦੇ ਜ਼ਰੀਏ ਇੱਕ ਨਵਾਂ ਚਿਹਰਾ ਪੰਜਾਬੀ ਇੰਡਸਟਰੀ ਦੇ ਵਿੱਚ ਡੈਬਿਊ ਕਰੇਗਾ ਦਰਅਸਲ ਇਹ ਚਿਹਰਾ ਪੰਜਾਬੀ 뮤직 ਇੰਡਸਟਰੀ ਦੇ ਵਿੱਚ ਬਹੁਤ ਹੀ ਜ਼ਿਆਦਾ ਫੇਮਸ ਹੈ ਲੇਕਿਨ ਫਿਲਮ ਇਹਨਾਂ ਦੀ ਪਹਿਲੀ ਹੋਣ ਵਾਲੀ ਹੈ ਉਹਨੇ ਬਾਣੀ ਸੰਧੂ ਬਾਣੀ ਸੰਧੂ ਇਸ ਫਿਲਮ ਦੇ ਜ਼ਰੀਏ ਪਾਲੀਵੁੱਡ ਇੰਡਸਟਰੀ ਦੇ ਵਿੱਚ ਆਫੀਸ਼ੀਅਲੀ ਡੈਬਿਊ ਕਰ ਰਹੇ ਨੇ ਉਹਨਾਂ ਦੀ ਪਹਿਲੀ ਫਿਲਮ ਹੈ ਇਹ ਤੇ ਬੀਜੇ ਰੰਦਾਵਾਂ ਦੇ ਆਪੋਜ਼ਿਟ ਹੋ ਕਰ ਰਹੇ ਨੇ ਸੋ ਲੇਕ ਰੀਸੈਂਟ ਅਪਡੇਟ ਕੀ ਆਈ ਹੈ ਰੀਸੈਂਟ ਅਪਡੇਟ ਫਿਲਮ ਨੂੰ ਲੈ ਕੇ AI ਦੀ ਫਿਲਮ ਦਾ ਇੱਕ ਡਾਇਲੌਗ ਪ੍ਰੋਮੋ ਜਿਹੜਾ ਹਾਲ ਹੀ ਦੇ ਵਿੱਚ ਜੈ ਰੰਦਾਵਾ ਦੇ ਵੱਲੋਂ ਸੋਸ਼ਲ ਮੀਡੀਆ ਤੇ ਸਾਂਝਾ ਕੀਤਾ ਗਿਆ ਇਸ ਡਾਇਲੌਗ ਦੇ ਨਾਲ ਉਹਨਾਂ ਦੀ ਇੱਕ ਤਸਵੀਰ ਨਜ਼ਰ ਆ ਰਹੀ ਹੈ ਤੇ ਤਸਵੀਰ ਦੇ ਵਿੱਚ ਕਾਫੀ ਜ਼ਿਆਦਾ ਇੱਕ ਵੱਖਰੇ ਰਫ ਐਂਡ ਟਫ ਲੁੱਕ ਦੇ ਵਿੱਚ ਸਾਨੂੰ ਨਜ਼ਰ ਆ ਰਹੇ ਨੇ ਜੈ ਰੰਦਾਵਾ ਕਾਫੀ ਡੈਸ਼ਿੰਗ ਵੀ ਲੱਗ ਰਹੇ ਨੇ ਗਲਾਸਿਸ ਵੀ ਲਾਇਆ ਹੋਈਆਂ ਨੇ ਸੋ ਇਹ ਤਸਵੀਰ ਦੇ ਨਾਲ ਨਾਲ ਇੱਕ ਡਾਇਲੌਗ ਪ੍ਰੋਮੋ ਜਿਹੜਾ ਸਾਂਝਾ ਕੀਤਾ ਗਿਆ ਜਿਸ ਦੇ ਵਿੱਚ ਜੈ ਰੰਦਾਵਾ ਦੀ ਬਾਖਮਾਲ ਆਵਾਜ਼ ਦੇ ਵਿੱਚ ਸਾਨੂੰ ਸੁਣਨ ਨੂੰ ਬਿਲਕੁਲ ਰਿ ਹੈ ਕਿ ਬੁਖਾਰ ਦੇ ਇਲਾਜ ਲਈ ਡਾਕਟਰ ਨੂੰ ਸੰਪਰਕ ਕਰੋ ਇਹ ਹੰਕਾਰ ਦੇ ਇਲਾਜ ਲਈ ਸਾਨੂੰ ਸੰਪਰਕ ਕਰੋ ਸੋ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਉਹਨਾਂ ਦੀ ਆਵਾਜ਼ ਦੇ ਵਿੱਚ ਡਾਇਲੌਗ ਕਿੰਨਾ ਪਿਆਰਾ ਲੱਗਿਆ ਹੋਊਗਾ ਤੁਸੀਂ ਇਸ ਪੋਸਟ ਨੂੰ ਉਹਨਾਂ ਦੇ ਆਫੀਸ਼ੀਅਲ ਇੰਸਟਾਗ੍ਰam ਤੇ ਜਾ ਕੇ ਦੇਖ ਸਕਦੇ ਹੋ ਉਹਨਾਂ ਨੇ ਸਾਂਝਾ ਕੀਤਾ ਹੋਇਆ ਸੋ ਤਸਵੀਰ ਜਿਹੜੀ ਹੈ ਤੁਸੀਂ ਆਲਰੇਡੀ ਆਪਣੀ ਸਕਰੀਨਸ ਦੇ ਉੱਤੇ ਵੇਖ ਲਈ ਹੈ ਇਸ ਤੋਂ ਇਲਾਵਾ ਇੰਨਾ ਹੀ ਨਹੀਂ ਸਿਰਫ ਉਹਨਾਂ ਦੇ ਫੈਨਸ ਦੇ ਹੀ ਕਮੈਂਟਸ ਨਹੀਂ ਆਏ ਬਲਕਿ ਬਹੁਤ ਸਾਰੇ ਸੈਲੀਬ੍ਰਿਟੀਜ਼ ਦੇ ਵੀ ਕਮੈਂਟ ਆ ਚੁੱਕੇ ਨੇ ਜਿਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਜੈ ਰੰਦਵਾ ਦੇ ਕੰਮ ਨੂੰ ਸਿਰਫ ਉਹਨਾਂ ਦੇ ਆਬ ਇੰਡਸਟਰੀ ਦੇ ਕਈ ਸਾਰੇ ਨਾਮੀ ਚਿਹਰੇ ਵੀ ਇੰਜੋਏ ਕਰਦੇ ਨੇ ਕਿਉਂਕਿ ਪੰਜਾਬੀ ਇੰਡਸਟਰੀ ਦੇ ਵਿੱਚ ਇਹਨਾਂ ਦੀ ਐਕਟਿੰਗ ਨੂੰ ਕਾਫੀ ਜ਼ਿਆਦਾ ਪਸੰਦ ਕੀਤਾ ਜਾਂਦਾ ਤੇ ਇਹ ਵੀ ਕਿਹਾ ਜਾ ਰਿਹਾ ਹੈ ਉਹਨਾਂ ਦੇ ਫੈਨਸ ਦੇ ਵੱਲੋਂ ਤਾਂ ਉਹਨਾਂ ਦੀ ਜਿਹੜੀ ਲੁੱਕ ਹੈ ਉਹ ਰੌਕੀ ਦੇ ਨਾਲ ਵੀ ਰਿਸੈਂਬਲ ਕੀਤੀ ਜਾ ਰਹੀ ਹੈ ਕੇਜੀਐਫ ਵਾਲੇ ਦੇ ਨਾਲ ਉਹਨਾਂ ਲਿਖਿਆ ਇੱਕ ਫੈਨ ਲਿਖਦੇ ਨੇ ਰੌਕੀ ਭਾਈ ਦੂਸਰੇ ਲਿਖਦੇ ਨੇ ਕੇਜੀਐਫ 4 ਇਸ ਤੋਂ ਇਲਾਵਾ ਹੋਰ ਕਈ ਸਾਰੇ ਫੈਨਸ ਨੇ ਜਿਨ੍ਹਾਂ ਨੇ ਉਹਨਾਂ ਦੀਆਂ ਬਹੁਤ ਸਾਰੀਆਂ ਤਾਰੀਫਾਂ ਕੀਤੀਆਂ ਨੇ ਜੈ ਰੰਦਾਵਾ ਦੀਆਂ ਸੋ ਦੱਸ ਦਈਏ ਇਸ ਫਿਲਮ ਦੇ ਕ੍ਰੈਡਿਟਸ ਦੇ ਬਾਰੇ ਗੱਲ ਕਰੀਏ ਫਿਲਮ ਦੇ ਵਿੱਚ ਸਾਨੂੰ ਬਾਣੀ ਸੰਧੂ ਤੇ ਜੈ ਰ ਸਸ ਫਿਲਮ ਦੇ ਡੀਓਪੀ ਨੇ ਨੀਰਜ ਸਿੰਘ ਐਡੀਟਰ ਨੇ ਮਨਦੀਪ ਸਿੰਘ 뮤직 ਹੈ ਅਵੀ ਸਰਾ ਦਾ ਪਬਲਿਸਿਟੀ ਡਿਜ਼ਾਈਨ ਹੈ ਅਮਨ ਕਲਸੀ ਦਾ ਤੇ ਇਹ ਵੀ ਦੱਸ ਦਈਏ ਫਿਲਮ ਦੇਸੀ ਜੰਕਸ਼ਨ ਤੇ ਜੱਸੀ ਲੋਕਾ ਪ੍ਰੈਜ਼ੈਂਟ ਕਰ ਰਹੇ ਨੇ ਯਾਨੀ ਕਿ ਨਾ ਬੈਨਰਸ 'ਤੇ ਫਿਲਮ ਰਿਲੀਜ਼ ਹੋ ਰਹੀ ਹੈ ਸੋ ਮੇਨ ਜਿਹੜੇ ਕ੍ਰੈਡਿਟਸ ਨੇ ਕੈਪਟਨ ਆਫ ਦਾ ਸ਼ਿਪ ਨੇ ਮਨੀਸ਼ ਪਟ ਯਾਨੀ ਕਿ ਨਾ ਫਿਲਮ ਯਾਨੀ ਕਿ ਇਹਨਾਂ ਦੇ ਵੱਲੋਂ ਮੈਡਲ ਫਿਲਮ ਨੂੰ ਡਾਇਰੈਕਟ ਕੀਤਾ ਗਿਆ ਫਿਲਮ ਦੀ ਕਹਾਣੀ ਨੂੰ ਲਿਖਿਆ ਜੱਸੀ ਲੋਕਾ ਨੇ ਜਿਹਨਾਂ ਦੇ ਲਿਖੇ ਹੋਏ ਕਈ ਸਾਰੇ ਗਾਣੇ ਸੀਨ ਜੁਆਇ ਕਿਤਨੇ ਸੋ ਫਿਲਮ ਇੰਜੋਏ ਕਰਾਂਗੇ ਜੀ 2 ਜੂਨ 2023 ਨੂੰ ਐਫਐਮ ਇਹ ਪਰਦੇਸ ਸਿਨੇਮਾ ਕਰਨ ਦੇ ਵਿੱਚ ਲੱਗਣ ਵਾਲੀ ਹੈ ਤੁਸੀਂ ਕਿੰਨੇ ਐਕਸਾਈਟਡ ਹੋ ਦੱਸ ਸਕਦੇ ਹੋ ਕਮੈਂਟ ਸੈਕਸ਼ਨ ਦੇ ਵਿੱਚ ਫਿਲਮ ਦੇ ਦੋ ਡਾਇਲੌਗ ਪ੍ਰੋਮੋ ਆਊਟ ਹੋਏ ਨੇ ਪੋਸਟਰ ਆਊਟ ਹੋਇਆ ਇੱਕ ਜਾਨਮਨ ਵਾਲਾ ਜਿਹੜਾ ਡਾਇਲੌਗ ਪ੍ਰੋਮੋ ਅਭੀ ਮੈਂ ਯਾਦ ਕਰਾਉਣਾ ਆਊਟ ਹੋ ਚੁੱਕਿਆ ਹੈ ਜਿਸ ਦੇ ਵਿੱਚ ਉਹਨਾਂ ਕਿਹਾ ਜੈਰਨ ਦਾਵਾ ਕਹਿੰਦੇ ਨਜ਼ਰ ਆ ਰਹੇ ਨੇ ਕਿ ਜਾਨਮਨ ਦੁਨੀਆ ਤੇ ਆਏ ਬੇਨਾਮ ਹਾਂ ਪਰ ਜਾਵਾਂਗੇ ਨਹੀਂ ਬਸ ਇਹੀ ਦੱਸਣਾ ਸੀ ਤੇ ਇਹ ਡਾਇਲੌਗ ਵੀ ਬਹੁਤ ਜ਼ਿਆਦਾ ਵਾਇਰਲ ਹੋ ਰਿਹਾ ਹੈ ਇਸ ਨੂੰ ਵੀ ਜੈਰਨ ਦਾਵਾ ਨੇ ਆਪਣੇ ਸੋਸ਼ਲ ਮੀਡੀਆ ਤੇ ਸਾਂਝਾ ਕੀਤਾ ਇਸ ਦੂਸਰਾ ਡਾਇਲੌਗ ਪ੍ਰੋਮੋ ਦੇ ਬਾਰੇ ਤੁਹਾਨੂੰ ਦੱਸ ਚੁੱਕਿਆ ਸੋ ਤੁਸੀਂ ਦੱਸੋ ਦਾ ਵਧੀ ਐਕਟਿੰਗ ਤੇ ਇਸ ਫਿਲਮ ਲਈ ਕਿੰਨੇ ਐਕਸਾਈਟਡ ਹੋ ਫਿਲਹਾਲ ਦੇ ਲਈ ਇਸ ਅਪਡੇਟ ਦੇ ਵਿੱਚ ਬਸ ਇਨਾ ਹੀ ਤੇ ਪੋਲੀਵੁੱਡ ਐਂਟਰਟੇਨਮੈਂਟ ਇੰਡਸਟਰੀ ਨਾਲ ਜੁੜੀਆਂ ਹੋਈਆਂ ਲੇਟੈਸਟ ਅਪਡੇਟ ਵੀਡੀਓ ਤੇ ਇੰਟਰਵਿਊਜ਼ ਲਈ ਤੁਸੀਂ ਜੁੜੇ ਰਹੋ ਦੇਸੀ ਚੈਨਲ ਦੇ ਨਾਲ ਧੰਨਵਾਦ